ਔਰਤਾਂ ਵਿੱਚ ਮੈਨੋਪੌਜ਼ ਦੀ ਕੀ ਹੈ ਸਹੀ ਉਮਰ ਜਾਣੋ ਇਸ ਦੇ ਸਿੰਪਟਮ ਅਤੇ ਉਪਾਅ। ਜਦੋਂ ਔਰਤਾਂ ਵਿੱਚ ਮਹਾਂਵਾਰੀ ਚੱਕਰ ਕੁਦਰਤੀ ਤੌਰ ਤੇ ਰੁਕ ਜਾਂਦਾ ਹੈ ਇਸ ਨੂੰ ਮੈਨੋਪੌਜ਼ ਕਿਹਾ ਜਾਂਦਾ ਹੈ। ਮੈਨੋਪੌਜ਼ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਹੈ। ਇਸ ਸਮੇਂ ਦੌਰਾਨ ਔਰਤਾਂ ਦੇ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਹਨ। ਇੱਕ ਅਧਿਐਨ ਦੇ ਅਨੁਸਾਰ ਲਗਭਗ 4% ਔਰਤਾਂ ਨੂੰ 29 ਤੋਂ 34 ਸਾਲ ਦੀ ਉਮਰ ਦੇ ਵਿੱਚ ਮੈਨੋਪੌਜ਼ ਹੋ ਰਿਹਾ ਹੈ। ਆਓ ਜਾਣਦੇ ਹਾਂ ਮੈਨੋਪੌਜ਼ ਦੀ ਸਹੀ ਉਮਰ ਸੰਕੇਤ ਅਤੇ ਇਸ ਨੂੰ ਕਿਵੇਂ ਕੰਟਰੋਲ ਕਰੀਏ। ਮੈਨੋਪੌਜ਼ ਨੂੰ ਹਿੰਦੀ ਵਿੱਚ ਪ੍ਰੈਜ਼ਨੋਵਿਤਿਕ ਕਿਹਾ ਜਾਂਦਾ ਹੈ। ਇਹ ਕੋਈ ਬਿਮਾਰੀ ਨਹੀਂ ਹੈ ਬਲਕਿ ਇੱਕ ਉਮਰ ਦੇ ਬਾਅਦ ਔਰਤਾਂ ਵਿੱਚ ਬਦਲਾਅ ਹੈ। ਇਸ ਵਿੱਚ ਵੱਧਦੀ ਉਮਰ ਦੇ ਨਾਲ ਮਹਾਂਵਾਰੀ ਚੱਕਰ ਰੁਕ ਜਾਂਦਾ ਹੈ ਜਿਸ ਤੋਂ ਬਾਅਦ ਔਰਤਾਂ ਗਰਭਵਤੀ ਨਹੀਂ ਹੋ ਸਕਦੀਆਂ। ਔਰਤਾਂ ਵਿੱਚ ਇਹ ਤਬਦੀਲੀ ਆਮ ਹੈ। ਔਰਤਾਂ ਵਿੱਚ ਮੈਨੋਪੌਜ਼ ਦੀ ਉਮਰ 45 ਤੋਂ 50 ਸਾਲ ਦੇ ਵਿਚਕਾਰ ਹੁੰਦੀ ਹੈ। ਜ਼ਿਆਦਾਤਰ ਔਰਤਾਂ ਵਿੱਚ ਮੈਨੋਪੌਜ਼ ਦੇ ਲੱਛਣ 4 ਸਾਲ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗਦੇ ਹਨ। ਬਹੁਤ ਸਾਰੀਆਂ ਔਰਤਾਂ ਮੈਨੋਪੌਜ਼ ਤੋਂ 1 ਸਾਲ ਪਹਿਲਾਂ ਸੰਕੇਤ ਦੇਖਣੀਆਂ ਸ਼ੁਰੂ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਸਰਜਰੀ ਅਤੇ ਕੈਂਸਰ ਲਈ ਬੱਚੇਦਾਨੀ ਨੂੰ ਹਟਾਉਣ ਦੀ ਲੋੜ ਹੋ ਸਕਦੀ ਹੈ। ਇਸ ਨਾਲ ਔਰਤਾਂ ਵਿੱਚ ਸਮੇਂ ਤੋਂ ਪਹਿਲਾਂ ਮੈਨੋਪੌਜ਼ ਹੋ ਸਕਦਾ ਹੈ। ਕਾਰਨ ਅਨੀਮੀਅਤ ਮਹਾਂਵਾਰੀ, ਅਚਾਨਕ ਜ਼ਿਆਦਾ ਗਰਮੀ ਲੱਗਣਾ, ਗਰਮੀ ਨਾ ਹੋਣ ਦੇ ਬਾਵਜੂਦ ਰਾਤ ਨੂੰ ਪਸੀਨਾ ਆਉਣਾ, ਮੂਡ ਸਵਿੰਗ ਹੋਣਾ, ਉਦਾਸੀ ਅਤੇ ਚਿੜਚਿੜੇਪਨ, ਨੀਂਦ ਨਾ ਆਉਣਾ, ਥਕਾਵਟ ਅਤੇ ਸਿਰ ਦਰਦ